ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਯਾਨੀ ਕਿ VIP ਏਰੀਆ ਦੇ ਵਿੱਚ ਕੋਠੀ ਆਪਣੀ, 19 ਸੈਕਟਰ ਦੇ ਵਿੱਚ 2 ਸ਼ੋਰੂਮ ਆਪਣੇ, ਪਰ ਫਿਰ ਵੀ ਇਸ ਮੁੰਡੇ ਦੇ ਹਾਲ ਦੇਖ ਲਓ, ਲੋਕਾਂ ਦੇ ਨਾਲ ਕਰਦਾ ਸਨੈਚਿੰਗ। ਜੀ ਹਾਂ, ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਅਜਿਹੇ ਸਨੈਚਰ ਨੂੰ ਝਪਟਮਾਰ ਨੂੰ ਕਾਬੂ ਕੀਤਾ ਗਿਆ ਜਿਸਦੀ ਕਿ ਚੰਡੀਗੜ੍ਹ ਦੇ ਵਿੱਚ ਆਪਣੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਹੈ, ਪਰ ਬਾਵਜੂਦ ਇਸਦੇ ਉਹ ਲੋਕਾਂ ਦੇ ਨਾਲ ਸਨੈਚਿੰਗ ਕਰਦਾ। ਜੀ ਹਾਂ, ਦੱਸ ਦਈਏ ਕਿ 2015 ਤੋਂ ਹੁਣ ਤੱਕ ਇਸਦੇ ਉੱਤੇ ਕਈ ਮਾਮਲੇ ਦਰਜ ਨੇ। 10 ਦਿਨ ਪਹਿਲਾਂ ਹੀ ਹਾਲ ਦੇ ਵਿੱਚ ਛੁੱਟ ਕੇ ਜੇਲ੍ਹ ਤੋਂ ਆਇਆ ਅਤੇ ਫਿਰ ਆਉਂਦੇ ਆਪਣੇ ਪੁਰਾਣੇ ਕੰਮ 'ਤੇ ਲੱਗ ਗਿਆ ਅਤੇ ਮੁੜ ਤੋਂ ਹੁਣ ਪੁਲਿਸ ਨੇ ਇਸ ਨੂੰ ਕਾਬੂ ਕੀਤਾ। ਜੀ ਹਾਂ, ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੇ ਸਨੈਚਰ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ, ਜੋ ਲਗਾਤਾਰ ਸਨੈਚਿੰਗ ਕਰਦਾ, ਉਹ ਵੀ ਆਪਣਾ ਭੇਸ ਬਦਲ ਕੇ। ਪਹਿਲਾਂ ਤਾਂ ਉਹ ਆਪਣਾ ਭੇਸ ਬਦਲਦਾ, ਫਿਰ ਕੋਈ ਐਕਟਿਵਾ ਚੋਰੀ ਕਰਦਾ ਅਤੇ ਫਿਰ ਐਕਟਿਵਾ ਨੂੰ ਚੋਰੀ ਕਰਕੇ ਜੋ ਔਰਤਾਂ ਨੇ ਸੜਕ 'ਤੇ ਜਾਂਦੀਆਂ ਉਹਨਾਂ ਦੇ ਕੋਲੋਂ ਸਨੈਚਿੰਗ ਕੀਤੀ ਜਾਂਦੀ ਹੈ। ਜੀ ਹਾਂ, ਦੱਸ ਦਈਏ ਕਿ ਇਸ ਦੇ ਨਾਲ ਦੀ ਸ਼ਿਕਾਇਤਾਂ ਪੁਲਿਸ ਨੂੰ ਕਾਫੀ ਸਮੇਂ ਤੋਂ ਮਿਲ ਰਹੀਆਂ ਸੀ ਅਤੇ ਪੁਲਿਸ ਜਦੋਂ ਹਰਕਤ ਦੇ ਵਿੱਚ ਆਈ ਤਾਂ ਉਦੋਂ ਇਸ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਕਿਸ ਤਰੀਕੇ ਦੇ ਨਾਲ ਸਨੈਚਿੰਗ ਕਰਦਾ ਸੀ ਉਸਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਕਿ ਇੱਕ ਔਰਤ ਕਾਰ ਦੇ ਕੋਲ ਆਪਣੀ ਖੜੀ ਹੁੰਦੀ ਹੈ, ਹੱਥ ਦੇ ਵਿੱਚ ਉਸਦੇ ਕੋਲ ਬੈਗ ਹੁੰਦਾ ਅਤੇ ਨਾਲ ਹੀ ਛੋਟਾ ਜਿਹਾ ਬੱਚਾ ਹੈ ਅਤੇ ਇਹ ਸ਼ਖਸ ਜੋ ਐਕਟਿਵਾ ਨੂੰ ਗੱਡੀ ਦੇ ਉੱਪਰ ਦੀ ਪਹਿਲਾਂ ਤੱਕ ਘੁਮਾਉਂਦਾ, ਔਰਤ ਦੇ ਕੋਲ ਜਾਂਦਾ ਅਤੇ ਉਸਦੇ ਹੱਥੋਂ ਦੀ ਬੈਗ ਖੋ ਕੇ ਫਰਾਰ ਹੋ ਜਾਂਦਾ ਅਤੇ ਜਿਵੇਂ ਹੀ ਇਸ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਇਸ ਭੇਸ ਬਦਲ ਕੇ ਚੋਰੀਆਂ ਕਰਨ ਵਾਲੇ ਝਪਟਮਾਰ ਨੂੰ ਕਾਬੂ ਕਰ ਲਿਆ ਜਾਂਦਾ ਹੈ। ਜੀ ਹਾਂ, ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ 10 ਦਿਨ ਪਹਿਲਾਂ ਹੀ ਜੇਲ੍ਹ 'ਚੋਂ ਛੁੱਟ ਕੇ ਆਇਆ। 2015 ਦੇ ਵਿੱਚ ਵੀ ਇਸ 'ਤੇ ਕਈ ਮਾਮਲੇ ਦਰਜ ਸੀ ਜਿਸਦੀ ਕਿ ਆਪਣੀ ਦੱਸਿਆ ਜਾ ਰਿਹਾ ਕਿ 36 ਸੈਕਟਰ ਦੇ ਵਿੱਚ VIP ਏਰੀਆ 'ਚ ਆਪਣੀ ਕੋਠੀ ਹੈ ਅਤੇ ਸੈਕਟਰ 19 ਦੇ ਵਿੱਚ ਜੋ ਮਾਰਕੀਟ ਹੈ ਉਸ ਦੇ ਵਿੱਚ 2 ਸ਼ੋਰੂਮ ਇਸਦੇ ਆਪਣੇ ਨੇ। ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਆਪਣਾ ਭੇਸ ਬਦਲਦਾ ਸੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਯਾਨੀ ਕਿ VIP ਏਰੀਏ ਦੇ ਵਿੱਚ ਕੋਠੀ ਆਪਣੀ, 19 ਸੈਕਟਰ ਦੇ ਵਿੱਚ 2 ਸ਼ੋਰੂਮ ਆਪਣੇ, ਪਰ ਫਿਰ ਵੀ ਇਸ ਮੁੰਡੇ ਦੇ ਹਾਲ ਦੇਖ ਲਓ, ਲੋਕਾਂ ਦੇ ਨਾਲ ਕਰਦਾ ਸਨੈਚਿੰਗ। ਜੀ ਹਾਂ, ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਅਜਿਹੇ ਸਨੈਚਰ ਨੂੰ ਝਪਟਮਾਰ ਨੂੰ ਕਾਬੂ ਕੀਤਾ ਗਿਆ ਜਿਸਦੀ ਕਿ ਚੰਡੀਗੜ੍ਹ ਦੇ ਵਿੱਚ ਆਪਣੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਹੈ, ਪਰ ਬਾਵਜੂਦ ਇਸਦੇ ਉਹ ਲੋਕਾਂ ਦੇ ਨਾਲ ਸਨੈਚਿੰਗ ਕਰਦਾ। ਜੀ ਹਾਂ, ਦੱਸ ਦਈਏ ਕਿ 2015 ਤੋਂ ਹੁਣ ਤੱਕ ਇਸਦੇ ਉੱਤੇ ਕਈ ਮਾਮਲੇ ਦਰਜ ਨੇ। 10 ਦਿਨ ਪਹਿਲਾਂ ਹੀ ਹਾਲ ਦੇ ਵਿੱਚ ਛੁੱਟ ਕੇ ਜੇਲ੍ਹ ਤੋਂ ਆਇਆ ਅਤੇ ਫਿਰ ਆਉਂਦੇ ਆਪਣੇ ਪੁਰਾਣੇ ਕੰਮ 'ਤੇ ਲੱਗ ਗਿਆ ਅਤੇ ਮੁੜ ਤੋਂ ਹੁਣ ਪੁਲਿਸ ਨੇ ਇਸ ਨੂੰ ਕਾਬੂ ਕੀਤਾ। ਜੀ ਹਾਂ, ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇੱਕ ਅਜਿਹੇ ਸਨੈਚਰ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ, ਜੋ ਲਗਾਤਾਰ ਸਨੈਚਿੰਗ ਕਰਦਾ, ਉਹ ਵੀ ਆਪਣਾ ਭੇਸ ਬਦਲ ਕੇ। ਪਹਿਲਾਂ ਤਾਂ ਉਹ ਆਪਣਾ ਭੇਸ ਬਦਲਦਾ, ਫਿਰ ਕੋਈ ਐਕਟਿਵਾ ਚੋਰੀ ਕਰਦਾ ਅਤੇ ਫਿਰ ਐਕਟਿਵਾ ਨੂੰ ਚੋਰੀ ਕਰਕੇ ਜੋ ਔਰਤਾਂ ਨੇ ਸੜਕ 'ਤੇ ਜਾਂਦੀਆਂ ਉਹਨਾਂ ਦੇ ਕੋਲੋਂ ਸਨੈਚਿੰਗ ਕੀਤੀ ਜਾਂਦੀ ਹੈ। ਜੀ ਹਾਂ, ਦੱਸ ਦਈਏ ਕਿ ਇਸ ਦੇ ਨਾਲ ਦੀ ਸ਼ਿਕਾਇਤਾਂ ਪੁਲਿਸ ਨੂੰ ਕਾਫੀ ਸਮੇਂ ਤੋਂ ਮਿਲ ਰਹੀਆਂ ਸੀ ਅਤੇ ਪੁਲਿਸ ਜਦੋਂ ਹਰਕਤ ਦੇ ਵਿੱਚ ਆਈ ਤਾਂ ਉਦੋਂ ਇਸ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਕਿਸ ਤਰੀਕੇ ਦੇ ਨਾਲ ਸਨੈਚਿੰਗ ਕਰਦਾ ਸੀ ਉਸਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਕਿ ਇੱਕ ਔਰਤ ਕਾਰ ਦੇ ਕੋਲ ਆਪਣੀ ਖੜੀ ਹੁੰਦੀ ਹੈ, ਹੱਥ ਦੇ ਵਿੱਚ ਉਸਦੇ ਕੋਲ ਬੈਗ ਹੁੰਦਾ ਅਤੇ ਨਾਲ ਹੀ ਛੋਟਾ ਜਿਹਾ ਬੱਚਾ ਹੈ ਅਤੇ ਇਹ ਸ਼ਖਸ ਜੋ ਐਕਟਿਵਾ ਨੂੰ ਗੱਡੀ ਦੇ ਉੱਪਰ ਦੀ ਪਹਿਲਾਂ ਤੱਕ ਘੁਮਾਉਂਦਾ, ਔਰਤ ਦੇ ਕੋਲ ਜਾਂਦਾ ਅਤੇ ਉਸਦੇ ਹੱਥੋਂ ਦੀ ਬੈਗ ਖੋ ਕੇ ਫਰਾਰ ਹੋ ਜਾਂਦਾ ਅਤੇ ਜਿਵੇਂ ਹੀ ਇਸ ਔਰਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਇਸ ਭੇਸ ਬਦਲ ਕੇ ਚੋਰੀਆਂ ਕਰਨ ਵਾਲੇ ਝਪਟਮਾਰ ਨੂੰ ਕਾਬੂ ਕਰ ਲਿਆ ਜਾਂਦਾ। ਜੀ ਹਾਂ, ਦੱਸ ਦਈਏ ਕਿ ਦੱਸਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ 10 ਦਿਨ ਪਹਿਲਾਂ ਹੀ ਜੇਲ੍ਹ 'ਚੋਂ ਛੁੱਟ ਕੇ ਆਇਆ। 2015 ਦੇ ਵਿੱਚ ਵੀ ਇਸ 'ਤੇ ਕਈ ਮਾਮਲੇ ਦਰਜ ਸੀ ਜਿਸਦੀ ਕਿ ਆਪਣੀ ਦੱਸਿਆ ਜਾ ਰਿਹਾ
ਕਿ 36 ਸੈਕਟਰ ਦੇ ਵਿੱਚ VIP ਏਰੀਆ 'ਚ ਆਪਣੀ ਕੋਠੀ ਹੈ ਅਤੇ ਸੈਕਟਰ 19 ਦੇ ਵਿੱਚ ਜੋ ਮਾਰਕੀਟ ਹੈ ਉਸ ਦੇ ਵਿੱਚ 2 ਸ਼ੋਰੂਮ ਇਸਦੇ ਆਪਣੇ ਨੇ। ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਇਹ ਪਹਿਲਾਂ ਆਪਣਾ ਭੇਸ ਬਦਲਦਾ ਸੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।